ਜਿਹੜੇ ਚੋਲ ਨਬੀ ਦੀ ਧੀ ਇੰਝ ਨਹੀਂ ਸੁਣਨਾ ਬਾਈ, ਜਿਹੜੇ ਚੋਲੇ ਮੇਰਾ ਪੁੱਤਰ ਮੈਨ ਵੇਖ ਜਿਹੜਾ ਪੜ੍ਹਦਾ ਪਿਆ ਉਹਨੂੰ ਪਤਾ ਹੁੰਦਾ ਮੈਂ ਕਿੱਥੇ ਟੰਗੀ ਖੱਲਾਂ, ਇਹ ਹੁਣ ਮੈਂ ਵਧਣਾ ਹੀ ਆ, ਘਟਣਾ ਤਾਂ ਕੋਈ ਨਹੀਂ। ਜਿਹੜੇ ਚੋਲੇ ਚਾਚਾ ਇੰਝ ਕਰਤੇ ਤਾਂ ਨਾ ਵੇਖ, ਜਿਹੜੇ ਚੋਲੇ ਜਿਹੜੇ ਚੋਲੇ ਨਬੀ ਦੀਦੀ ਹੱਥ ਨਾਲ ਬਣਾਏ ਨੇ, ਜਿਹੜੇ ਚੋਲੇ ਨਬੀ ਦੀਦੀ ਹੱਥ ਨਾਲ ਬਣਾਏ ਨੇ, ਵਾਸੀ ਨਹੀਂ ਲੈਣੀ। ਜਿਹੜੇ ਚੋਲੇ ਸੁਭਾਨ ਅੱਲਾ, ਆ ਜਾਓ ਆ ਜਾਓ ਬਈ ਜਲਦੀ ਬਾਬੇ ਇੱਥੇ, ਜਿਹੜੇ ਚੋਲੇ ਨਬੀ ਦੀਦੀ ਹੱਥ ਨਾਲ ਬਣਾਏ ਨੇ, ਜਿਹੜੇ ਚੋਲੇ ਨਬੀ ਦੀਦੀ ਹੱਥ ਨਾਲ ਬਣਾਏ ਨੇ, ਜਿਹੜੇ ਚੋਲੇ ਨਬੀ ਦੀਦੀ ਹੱਥ ਨਾਲ ਬਣਾਏ ਨੇ, ਉਹ ਚੋਲੇ ਅਲੀ ਦੀਦੀ ਗਾਜ਼ੀ ਨੂੰ ਪਵਾਏ ਨੇ। ਬੋਲਿਆ ਯਾਰ ਬੋਲਿਆ ਥੋੜਾ ਜਿਹਾ, ਕੋਈ ਨਾਰੇ ਵਾਲਾ ਬੰਦਾ ਬੈਠਾ ਜਾਂ ਸੋਜ਼ੀਆਂ ਮਾਰਨੇ, ਸਾਰੇ ਬੋਲੋ ਨਾ ਬਾਈ ਨਾ। ਏਡਾ ਵੱਡਾ ਪਿੰਡਾਲੇ ਨਾ 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 ਨਾ, ਦੋਵੇਂ ਹੱਥ ਬਲੰਦ ਕਰਕੇ ਪੂਰਾ ਪਿੰਡਾਲ ਜਗ ਜਮਾਓ ਕੇ ਬੋਲੋ ਬੋਲੋ, ਸਖੀ ਲਾਲ ਕਲੰਦਰ ਜਿਹੜੇ ਚੋਲੇ ਨਬੀ ਦੀਦੀ ਹੱਥ ਨਾਲ ਬਣਾਏ ਨੇ, ਜਿਹੜੇ ਚੋਲੇ ਕੇ ਸਮਝਦੇ ਬਈ ਸਹੀ ਸੁਰੀਲੇ ਨਹੀਂ ਹੁੰਦੇ, ਹਾਂ ਜਿਹੜੇ ਚੋਲੇ ਨਬੀ ਦੀਦੀ ਹੱਥ ਨਾਲ ਬਣਾਏ ਨੇ, ਜਿਹੜੇ ਚੋਲੇ ਨਬੀ ਦੀਦੀ ਹੱਥ ਨਾਲ ਬਣਾਏ ਨੇ, ਉਹ ਚੋਲੇ ਅਲੀ ਦੀਦੀ ਗਾਜ਼ੀ ਨੂੰ ਪਵਾਏ ਨੇ। ਬੜੀ ਮਿਹਰਬਾਨੀ, ਕਿਉਂਕਿ ਸ਼ੇਰ ਯਸਾਂ ਇਹ ਹੁਣ ਹੀ ਮੈਂ ਲਿਖਵਾਇਆ ਹੈ ਆਪਣਾ ਭਾਈ ਸਾਕਿਬ ਕੋਲ, ਤੇ ਮੈਂ ਹੁਣ ਤੁਹਾਡੇ ਸਾਹਮਣੇ ਪੜ੍ਹਨਾ ਚਾਹੁੰਦਾ। ਜਦੋਂ ਸਰਕਾਰ ਅੱਬਾਸ ਦੁਨੀਆਂ ਤੇ ਆਏ, ਬਤੂਲ ਦੇ ਡੂਹੇ ਪੁੱਤਰ ਦੌੜੇ, ਹਾਂਜੀ ਹੱਥ ਵਧਾਏ, ਸਰਕਾਰ ਅੱਬਾਸ ਸੁੱਤੇ ਹੋਏ ਨੇ ਪੀਂਘੇ ਚ, ਮੈਂ ਵੇਖਣਾ ਇਦੂ ਸ਼ਹਿਜ਼ਾਦੇ ਦੌੜੇ ਤਾਂ ਮੇਰੀ ਸੈਣ ਮੁਲ ਬਨੀਨ ਨੇ ਪੁੱਤਰ ਮਚਾਇਆ, ਤੇ ਬਤੂਲ ਦੇ ਪੁੱਤਰ ਕੇ ਪਿਆ ਦੇਣ ਬਾਰ ਬਾਰ, ਸਾਡਾ ਫਿਰ ਆ ਗਿਆ ਏ, ਸਾਡਾ ਵੀਰ ਆ ਗਿਆ ਏ, ਮੇਰਾ ਸੋਹਣਾ ਬਹਿਵੰਜ ਖੁਦਾ ਦਾ ਵਾਸਤਾ ਹੀ ਬਹਿ, ਮੇਰਾ ਪੁੱਤਰ ਬਹਿਵੰਜ ਮੋਲਾ ਤਾਂ ਦੋ ਹੋਰ ਪੈਂਟਾਂ ਲੈ ਦੇ, ਸਾਡਾ ਵੀਰ ਆ ਗਿਆ ਏ, ਸਾਡਾ ਫਿਰ ਆ ਗਿਆ ਏ, ਇਹ ਗੱਲ ਮੇਰੀ ਸੈਣ ਮੁਲ ਬਨੀਨ ਨੇ ਸੁਣੀ, ਤੇ ਹੋਇਆ ਕਿਆ ਏ, ਇਹ ਉਮਲ ਬਨੀ ਨਾ ਖੇ, ਇਹ ਪੁੱਤਰ ਨੂੰ ਚਾਇਆ ਸੀ, ਇਹ ਉਮਲ ਬਨੀ ਨਾ ਖੇ, ਸਰਦਾਰ ਨੇ ਤੇਰੇ ਮੁਖਤਾਰ ਨੇ ਤੇਰੇ ਹਸਨੈਨ ਦੇ ਕਦਮਾਂ ਤੇ ਮਾਂ ਹੱਥ ਰਖਵਾਏ ਨੇ। ਬੋਲ ਲਵੇ ਬੋਲ ਲਵੇ, ਜ਼ਿੰਦਗੀ ਦਰਾਜ਼ ਹੋਣੇ, ਕਿਆ ਬਾਤ ਹੈ,
تیری وفات صدقے پورا پنڈا ڈو ہاتھ بلند کر کے سارے بلا علی حق علی حق نا 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 خدا گواہ بڑی مہربانی آ گیا بھائی شیر سوادر یالی یالی کیا بات شاباش بس بس کا حوصلہ 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 میرے بچے زندگی ہو بھی حسنین 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 دے قدماں تے ماتھ رکھوائے نے حسنین دے قدماں ٹافیاں نہیں مارنیاں قرآن دا واسطہ نے بے ادبی نہ کیتی کرو بھائی نیاد ہوندی مولت دی یہ ایک دوں مارنا یا نانا بالکل ناراض نہیں ہونا میرے بھراؤ یہ عجیب رواج شروع ہو گیا ہے تقدس ہوندا ہے نیاز مولا دی نے اسی نیت لے کے آندا نا تو سزر سٹیں دیو کوئی جپدا پیا کسی دے سیرج لگدی پئی کسی دے آکھے دی لگدی پئی نہ اوتھے کھلو کے سونا ادب نال دیو کو ہور نیاز دے ہوئے اچھا یا علی علی حسنین دے قدمات ماتھ رکھوائے نے حسنین دے قدمات بولو میرے نال ماتھ رکھوائے نے اگلا شیر جلدی بابا جلدی میرے پتر بہ ونجو زندگی ہونے بھائی کیڈا سونا عالم ہے ایک واری عالم نو ویکھو نا سونا لگدا پیا نا ہر جا تے سونا لگدا ہے اسے عالم نو ویکھ کے شیر یاد آ گیا جڑے لوگ یزیدی ہن ایندے نام تو سڑ دے ہن ایندے عالم تو ڈر دے ہن اینج منکر کربل وچ عباس ڈرائے نے بھلیا یار تھوڑا جا بھلیا ہے زبان رکھدا تے بول نہیں سکدا علی حق علی حق علی حق علی حق علی حق بڑی مہربانی آؤ بھائی میرے پتروں لاؤ بھائی قصیدہ پہلا میں سناون لگا میں سوزیاں دے جڑا میں کلا پڑیا کوئی چس آئیے جب کوئی نہیں میں نے سچی دسیا ہی نہ میں رلدا رہا تو گلدا رہا بسم اللہ کرا میری اما تیری زندگی ہوئے تو میرے واسطے تو دعا کرنی تو میں ساری دعاواں تن اکٹھی بوری بھر کے دتی وانا انشاءاللہ لوڑ دی تھوڑ نو سی آل محمد لاؤ جی قصیدہ